हेलो फ्रेंड्स, जिवें कि असी सारे जानते हाँ कि इंडिया दे विच किसानां दे कोल बहुते ज़्यादा ऐसे इनकम दे साधन नहीं हैगे, तां अज दी वीडियो किसानां दे लई है, उन्हां दे बच्चियां दे लई है जिन्हां दे कोल जिहड़े किसानां दे कोल इनकम दे साधन ज़्यादा नहीं हैगे। कनेडा की एक सोसाइटी के वलों पटियाला शहर के विच एक सेंटर स्थापित किया गया जिहदी जिहड़ी फीस है वह सरकार वलों जिहड़ी रखी गई फीस है वह भी ली जाती है। उत्थे एडमिशन लैके किसानां दे बच्चे फायदा लै सकते हैं, क्योंकि जेकर तुहाडा लड़का या जिहड़ा लड़की है उहदी उम्र 16 साल तो वध है अते उन्हें प्लस टू पास की हुई है अते प्लस टू दे विचो उहदे 60% तो ज़्यादा नंबर ने, तो वह साढ़े सेंटर दे विच घट्टो घट्ट एक साल का कोर्स करके कनेडा सरकार दी स्किल्ड ट्रेड कैटागरी दे विच कनेडा पहुँच सकता है। इहदे लई कुछ गल्लां ध्यान दे योग ने तो दसन जा रही हाँ मैं कनेडा दे बारे, जिहड़ियां कि तुहाडे लई बहुत ही वधिया ने। कनेडा दे विच की है, जिहड़े वर्कर्स ने उन्हां नूं ज़्यादा सैलरी मिलती है अते पर उत्थे नौकरी उही कर सकदा है जिहड़ा अपने काम दे विच पूरी तरह परफेक्ट है। अगर तुसीं स्किल्ड ट्रेड कैटेगरी दे विच कनेडा जांदे हो तो जिहड़े भी ट्रेड का कोर्स तुसीं कीता होया उहदे विच तुसीं परफेक्ट होने चाहिए हो, तुहानूं सारा काम आउंदा हो, तां तुसीं कनेडा जाके वधिया सैलरी पैकेज लै सकदे हो। कनेडा दे विच पक्के होण वास्ते जनरल आईलेट्स जां फिर पीटीई जां फिर टूफिल दे विचों घट्टो घट्ट 5 बैंड लैने पैणगे स्टूडेंट नूं। ਇਹ ਕੋਰਸ ਕਰਨ ਤੋਂ ਬਾਅਦ ਇਹ ਕੋਰਸ ਦਾ ਸਰਟੀਫਿਕੇਟ ਤੁਸੀਂ ਲੈ ਲਓਗੇ ਤਾਂ ਇਹ ਸਰਟੀਫਿਕੇਟ ਤੁਹਾਡਾ ਭਾਰਤ ਸਰਕਾਰ ਤੋਂ ਵੈਲਿਡ ਹੋਏਗਾ, ਤੁਹਾਨੂੰ ਭਾਰਤ ਸਰਕਾਰ ਦਾ ਦਿੱਤਾ ਜਾਏਗਾ ਜਿਹੜਾ ਕਿ ਇੰਡੀਆ ਦੇ ਨਾਲ ਨਾਲ ਫੋਰਨ ਕੰਟਰੀ ਦੇ ਵਿੱਚ ਵੀ ਵੈਲਿਡ ਹੋਏਗਾ। ਅਤੇ ਇਹ ਸਰਟੀਫਿਕੇਟ ਦੇ ਨਾਲ ਤੁਸੀਂ ਆਪਣੀਆਂ ਯੋਗਤਾਵਾਂ ਦੇ ਆਧਾਰ 'ਤੇ ਕੈਨੇਡਾ ਅਗਲੀ ਪੜ੍ਹਾਈ ਕਰਨ ਵਾਸਤੇ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਜਾਂ ਫਿਰ ਵਰਕ ਪਰਮਿਟ ਦੇ ਆਧਾਰ 'ਤੇ ਜਾਂ ਫਿਰ ਸੈਲਫ ਇੰਪਲਾਇਡ ਕੈਟਾਗਰੀ ਦੇ ਆਧਾਰ 'ਤੇ ਅਤੇ ਜਾਂ ਫਿਰ ਸਪਾਊਸ ਵੀਜ਼ੇ ਦੇ ਆਧਾਰ 'ਤੇ ਜਾ ਸਕਦੇ ਹੋ। ਇਹਨਾਂ ਸਾਰੇ ਵੀਜ਼ਿਆਂ ਦੇ ਬਾਰੇ ਅਗਰ ਡਿਟੇਲ 'ਚ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੇ ਆਫਿਸ ਆ ਕੇ ਮਿਲ ਸਕਦੇ ਹੋ ਜਾਂ ਫਿਰ ਸਾਡੇ ਨਾਲ ਫੋਨ 'ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਕੈਨੇਡਾ ਪਹੁੰਚ ਕੇ ਤੁਹਾਨੂੰ ਅਸਿਸਟੈਂਟ ਜਾਂ ਫਿਰ ਹੈਲਪਰ ਦੀ ਜੋਬ ਬਹੁਤ ਜਲਦੀ ਮਿਲ ਜਾਏਗੀ, ਪਰ ਪੂਰੀ ਤਨਖਾਹ ਲੈਣ ਵਾਸਤੇ ਤੁਹਾਨੂੰ ਕੈਨੇਡਾ ਦੀਆਂ ਬਹੁਤ ਸਾਰੀਆਂ ਸਟੇਟ ਦੇ ਵਿੱਚ ਰੈੱਡ ਸੀਲ ਦਾ ਐਗਜ਼ਾਮ ਕਲੀਅਰ ਕਰਨਾ ਪਏਗਾ। ਰੈੱਡ ਸੀਲ ਦਾ ਐਗਜ਼ਾਮ ਦੇਣ ਤੋਂ ਬਾਅਦ ਤੁਹਾਡਾ ਸੈਲਰੀ ਪੈਕੇਜ ਬਹੁਤ ਜ਼ਿਆਦਾ ਵਧੀਆ ਹੋ ਜਾਏਗਾ। ਜਿੰਨੇ ਚਿਰ ਤੁਸੀਂ ਰੈੱਡ ਸੀਲ ਦਾ ਐਗਜ਼ਾਮ ਨਹੀਂ ਦਿੰਦੇ ਉਨੀ ਦੇਰ ਤੁਸੀਂ ਕੈਨੇਡਾ ਦੇ ਵਿੱਚ ਐਜ਼ ਅ ਟ੍ਰੇਨੀ ਕੰਮ ਕਰੋਗੇ। ਇਸ ਦੇ ਬਾਰੇ ਜ਼ਿਆਦਾ ਡਿਟੇਲ ਦੇ ਵਿੱਚ ਅਗਰ ਤੁਸੀਂ ਜਾਣਕਾਰੀ ਲੈਣੀ ਹੈ ਨਾ ਤਾਂ ਤੁਸੀਂ ਕੈਨੇਡਾ ਦੀ ਆਫਿਸ਼ੀਅਲ ਵੈਬਸਾਈਟ ਖੋਲ੍ਹੋ। ਕੈਨੇਡਾ ਦੀ ਆਫਿਸ਼ੀਅਲ ਵੈਬਸਾਈਟ ਹੈ www.cic.gc.ca। ਉਸ ਵੈਬਸਾਈਟ ਦੀ ਵਿੰਡੋ ਦੇ ਵਿੱਚ ਜਾ ਕੇ ਤੁਸੀਂ ਟਾਈਪ ਕਰੋ ਸਕਿਲਡ ਟ੍ਰੇਡ ਕੈਟਾਗਰੀ, ਤੁਹਾਨੂੰ ਉੱਥੇ ਸਕਿਲਡ ਟ੍ਰੇਡ ਕੈਟਾਗਰੀ ਬਾਰੇ ਸਾਰੀ ਜਾਣਕਾਰੀ ਇੰਗਲਿਸ਼ ਅਤੇ ਫਰੈਂਚ ਲੈਂਗੁਏਜ ਵਿੱਚ ਮਿਲ ਜਾਏਗੀ। ਇੰਗਲਿਸ਼ ਭਾਸ਼ਾ ਬਿਲਕੁਲ ਸਿੱਧੀ ਹੈ, ਸਿੰਪਲ ਹੈ, ਉਹਦਾ ਪ੍ਰਿੰਟ ਆਊਟ ਕੱਢੋ ਅਤੇ ਉਹਨੂੰ ਧਿਆਨ ਦੇ ਨਾਲ ਪੜ੍ਹੋ। ਸੋ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਹੈ, ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਐਡਮਿਸ਼ਨ ਲੈ ਕੇ ਆਪਣੇ ਕੈਰੀਅਰ ਨੂੰ ਜਲਦੀ ਸੈੱਟ ਕਰ ਸਕਦੇ ਨੇ ਅਤੇ ਕੈਨੇਡਾ ਪਹੁੰਚ ਕੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਨੇ। ਅਗਰ ਤੁਸੀਂ ਇਹ ਸਕਿੱਲਡ ਟ੍ਰੇਡ ਕੈਟਾਗਰੀ ਬਾਰੇ ਜ਼ਿਆਦਾ ਡਿਟੇਲ ਦੇ ਵਿੱਚ ਕੋਈ ਜਾਣਕਾਰੀ ਲੈਣੀ ਹੈ ਜਾਂ ਕੈਨੇਡਾ ਦੇ ਬਾਰੇ ਕੁਛ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੈਨੇਡਾ ਆਫਿਸ ਦੇ ਵਿੱਚ ਸੰਪਰਕ ਕਰ ਸਕਦੇ ਹੋ। ਕੈਨੇਡਾ ਆਫਿਸ ਦਾ ਨੰਬਰ ਨੋਟ ਕਰ ਲਓ +1604765500। ਇਸ ਨੰਬਰ ਦੇ ਉੱਪਰ ਤੁਸੀਂ ਕੈਨੇਡਾ ਦਿਨ ਦੇ ਟਾਈਮ ਸੰਡੇ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਗੱਲ ਕਰ ਸਕਦੇ ਹੋ। ਇਹ ਫੈਸਿਲਿਟੀ ਤੁਹਾਡੇ ਸਭ ਦੇ ਲਈ ਬਿਲਕੁਲ ਫ੍ਰੀ ਹੈ। ਅਤੇ ਅਗਰ ਤੁਸੀਂ ਸਾਡੇ ਪਟਿਆਲਾ ਆਫਿਸ ਦੇ ਵੀ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਨੋਟ ਕਰ ਲਓ 9888295000। ਇਸ ਨੰਬਰ ਦੇ ਉੱਪਰ ਵੀ ਤੁਸੀਂ ਵਰਕਿੰਗ ਡੇਜ਼ ਦੇ ਵਿੱਚ ਗੱਲ ਕਰ ਸਕਦੇ ਹੋ, ਕਿਉਂਕਿ ਅਸੀਂ ਤੁਹਾਡੀ ਹੈਲਪ ਕਰਨਾ ਚਾਹੁੰਦੇ ਹਾਂ, ਤੁਹਾਨੂੰ ਸਹੀ ਰਸਤਾ ਦਿਖਾਉਣਾ ਚਾਹੁੰਦੇ ਹਾਂ ਤਾਂ ਕਿ ਤੁਸੀਂ ਏਜੰਟ ਦੇ ਕੋਲ ਆਪਣਾ ਪੈਸਾ ਬਰਬਾਦ ਨਾ ਕਰੋ ਅਤੇ ਸਹੀ ਰਸਤਾ ਅਪਣਾ ਕੇ ਥੋੜ੍ਹੇ ਟਾਈਮ ਦੇ ਵਿੱਚ ਕੈਨੇਡਾ ਜਾ ਕੇ ਸੈਟਲ ਹੋ ਸਕੋ।
सो होर नवी नवी अपडेशन लैन के लिए चैनल सबसक्राइब करो और वीडियो लाइक शेयर करो। थैंक यू।